ਬਹੁਤ ਸੋਹਣੇ ਇੰਸਪਾਇਰ ਹੁੰਦੇ ਨੇ ਕੁਝ ਏਦਾਂ ਦੀ ਕਹਾਣੀ ਉਸਦੀ ਰੱਖ ਤਲੀ ਤੇ ਨਵਾਵੇ ਅੱਖੀਆਂ ਉਹਨੇ ਲਿਆ ਨੀ ਸਹਾਰਾ ਲੱਗਦਾ। ਕਿੱਦਾਂ ਹੋ ਸਾਰੇ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਅੱਜ ਤੁਹਾਨੂੰ ਮੈਂ ਦੱਸਾਂਗਾ ਕਿ ਆਪਾਂ ਸੈਮਸੰਗ J6 ਦੇ ਵਿੱਚ ਸਕਰੀਨਸ਼ੂਟ ਕਿਵੇਂ ਲਈਦਾ। ਸੋ ਵੀਡੀਓ ਸਟਾਰਟ ਕਰਨੇ। ਸੋ ਫਸਟ ਆਫ ਆਲ ਹਮੇ ਆਪਣੇ ਮੋਬਾਈਲ ਕੀ ਸੈਟਿੰਗਸ ਕੇ ਅੰਦਰ ਆਉਣਾ ਹੈ। ਜਿਵੇਂ ਹੀ ਆਪਾਂ ਸੈਟਿੰਗਸ ਦੇ ਅੰਦਰ ਆਵਾਂਗੇ, ਆਪਾਂ ਨੂੰ ਆਪਸ਼ਨ ਨਜ਼ਰ ਆ ਰਹੀ ਹੋਗੀ ਐਡਵਾਂਸ ਫੀਚਰਸ ਦੀ। ਆਪਾਂ ਇਹਦੇ ਵਿੱਚ ਇੰਟਰ ਹੋਵਾਂਗੇ। ਜੈਸੇ ਹੀ ਹਮ ਇਸਕੇ ਅੰਦਰ ਇੰਟਰ ਹੋਵਾਂਗੇ ਤਾਂ ਆਪਾਂ ਨੂੰ ਸਕਰੀਨਸ਼ੋਟਸ ਦਾ ਆਪਸ਼ਨ ਨਜ਼ਰ ਆ ਰਹੀ ਹੋਏਗੀ ਆ ਰਹੀ। ਦੈਨ ਆਪਾਂ ਨੂੰ ਕਲਿੱਕ ਕਰਾਂਗੇ, ਕਰਨ ਤੋਂ ਬਾਅਦ ਸਕਰੀਨਸ਼ੂਟ ਟੂਲ ਬਾਰ ਨਜ਼ਰ ਆ ਰਿਹਾ ਹੋਏਗਾ ਅਤੇ ਆਪਾਂ ਇਹਨੂੰ ਇਨੇਬਲ ਕਰਾਂਗੇ। ਕਰਨੇ ਕੇ ਬਾਅਦ ਆਪਾਂ ਈਜ਼ੀਲੀ ਸਕਰੀਨਸ਼ੂਟ ਇਹਦਾ ਲੈ ਸਕਦੇ ਹਾਂ। ਸੋ ਤੁਹਾਨੂੰ ਮੈਂ ਸਕਰੀਨਸ਼ੂਟ ਲੈ ਕੇ ਵਹਾਨਾ ਇਹਦਾ ਹੀ। ਸੋ ਇਹ ਰਿਹਾ ਸਕਰੀਨਸ਼ੂਟ ਜਿਹੜਾ ਆਪਾਂ ਲਿੱਤਾ ਹੈ, ਇਹ ਰਿਹਾ। ਸੋ ਉਮੀਦ ਕਰਦਾ ਹਾਂ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ।